प्यारे दर्शकों सारयां नूं नमस्कार जी, और मैं आस रखदा कि तुसी सारे ठीक ठाक होवोगे। अज असी जाना है जी पिंड कुत्था खेड़ी, जो कि राजपुरे तो 9 किलोमीटर के लगभग है। उत्थे एक इंसान है जसपाल सिंह जी, जिन्हों के कोल जाना घर। आओ जी चलते हैं, हुण उत्थे देखते हैं। ये असी आ गए जसपाल सिंह के घर। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਜੀ। ਤੁਹਾਡਾ ਨਾਮ ਜੀ? ਜਸਪਾਲ ਸਿੰਘ ਜੀ। ਅੱਛਾ, ਮੇਰਾ ਨਾਮ ਜਸਪਾਲ ਸਿੰਘ। ਅੱਜ ਅਸੀਂ ਤੁਹਾਨੂੰ ਮਿਲਣ ਆਏ ਹਾਂ, ਤੁਹਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਾਂਗੇ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਚੱਲੀਏ ਜੀ ਅੰਦਰ। ਹਾਂ ਜੀ, ਚਲੋ। ਠੀਕ। ਜਸਪਾਲ ਸਿੰਘ ਜੀ, ਅੱਜ ਅਸੀਂ ਤੁਹਾਡੇ ਨਾਲ ਤੁਹਾਡੇ ਘਰ ਦੇ ਵਿੱਚ ਬੈਠੇ ਹਾਂ। ਹਾਂਜੀ। ਔਰ ਤੁਸੀਂ ਇਹ ਦੱਸੋ ਵੀ ਤੁਸੀਂ ਔਰ ਤੁਹਾਡਾ ਪਰਿਵਾਰ ਬਿਲਕੁਲ ਠੀਕ? ਹਾਂ ਜੀ, ਮੈਂ ਯਾਨੀ ਕਿ ਮੇਰੀ ਘਰਵਾਲੀ, ਮੇਰੇ ਦੋ ਤਿੰਨ ਬੱਚੇ ਹੈ ਜੀ, ਦੋ ਬੇਟੇ ਇੱਕ ਬੇਟੀ, ਇੱਕ ਪੋਤਾ ਇੱਕ ਪੋਤੀ, ਦੋ ਨੂੰਹਾਂ ਜੀ, ਬਿਲਕੁਲ ਤੰਦਰੁਸਤ ਹੈ, ਬਿਲਕੁਲ ਠੀਕ ਠਾਕ ਹੈ ਜੀ। ਚਲੋ, ਬੜੀ ਖੁਸ਼ੀ ਦੀ ਗੱਲ ਹੈ। ਹਾਂਜੀ ਜਸਪਾਲ ਸਿੰਘ ਜੀ, ਤੁਸੀਂ ਅੱਜ ਸਾਨੂੰ, ਅਸੀਂ ਤੁਹਾਡੇ ਘਰ ਆਏ ਹਾਂ, ਕੀ ਚੀਜ਼ਾਂ ਦਿਖਾਓਗੇ? ਮੇਰੇ ਕੋਲ ਜੀ, ਮਤਲਬ ਇਸ ਤਰ੍ਹਾਂ ਹੈ ਜੀ, ਸੰਗੀਤ ਨਾਲ ਜਿਹੜੀਆਂ ਜੁੜੀਆਂ ਚੀਜ਼ਾਂ ਹੈ ਜੀ, ਰਿਕਾਰਡ ਪਲੇਅਰਾਂ ਹੋ ਗਈਆਂ, ਆਪਣੀ ਬਿਜਲੀ ਵਾਲੀਆਂ ਚਾਬੀ ਵਾਲੀਆਂ 250 ਦੇ ਲਗਭਗ ਰੇਡੀਓ ਸੈੱਟ ਹੈ ਜੀ। ਹਾਂਜੀ। ਬਾਕੀ 25 ਦੀ ਡੈਕਾਂ ਪਈਆਂ ਜੀ, ਡੈਕਾਂ ਦੀ 5000 ਕੈਸਟ ਪਈ ਹੈ। ਬਾਕੀ ਮੇਰੇ ਕੋਲ ਜੀ 15-20 ਹਜ਼ਾਰ ਪਏ ਹੈ VCR ਦੀਆਂ ਕੈਸਟਾਂ, ਯਾਨੀ ਕਿ ਬਹੁਤ, ਯਾਨੀ ਕਿ 20 ਕੁ ਜੋੜੀਆਂ ਸਪੀਕਰਾਂ ਦੀ ਪਈਆਂ, ਮਤਲਬ ਰਿਕਾਰਡ ਪਲੇਅਰਾਂ ਦਾ ਸਪੇਅਰ ਪਾਰਟ ਬਥੇਰਾ ਪਿਆ, ਰਿਕਾਰਡ ਪੱਥਰ ਵਾਲੇ, ਠੀਕ ਹੈ, LP EP, ਮੇਰੇ ਕੋਲ ਪਾਕਿਸਤਾਨੀ ਰਿਕਾਰਡ ਵੀ ਪਏ ਹੈ, ਮੈਂ ਪੱਥਰ ਵਾਲੇ ਵੀ ਪਏ ਹੈ ਜੀ, EP ਵੀ ਪਏ ਹੈ, ਪੰਜਾਬੀ ਵੀ ਫਿਲਮਾਂ ਦੇ, ਪਾਕਿਸਤਾਨ ਦੇ। ਅੱਛਾ, ਉਹ ਜਿਹੜੀ ਚਾਬੀ ਦੇ ਕੇ ਤਵੇ ਚੱਲਦੇ ਸੀ ਪਹਿਲਾਂ? ਹਾਂਜੀ ਹਾਂ। ਉਹ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਪਈਆਂ? ਮੇਰੇ ਕੋਲ ਜੀ 4 ਮਸ਼ੀਨਾਂ ਪਈਆਂ ਜੀ, ਚਾਬੀ ਵਾਲੀਆਂ, ਜਿਹੜੀ ਹੱਥ ਨਾਲ ਚਾਬੀ ਦੇ। ਹਾਂ ਜੀ ਹਾਂ। ਅੱਛਾ। 102 ਮਸ਼ੀਨਾਂ, 102 ਮਾਡਲ ਪਈਆਂ, ਇੱਕ ਮਾਡਲ ਪਈ ਹੈ, ਇੱਕ 213 ਮਾਡਲ ਪਈ ਹੈ, ਇੱਕ 118 ਮਾਡਲ ਪਈ ਹੈ ਜੀ, 5 ਮਸ਼ੀਨਾਂ ਚਾਬੀ ਵਾਲੀਆਂ, ਇੱਕ 2 ਮਸ਼ੀਨਾਂ ਧੂ ਦੇ ਉਹ ਪਿੱਤਲ ਦੇ ਹੋਰਨ ਵਾਲੀਆਂ ਪਈਆਂ ਜੀ, ਯਾਨੀ ਕਿ ਮਤਲਬ ਮਾਲਕ ਦੀ ਕਿਰਪਾ ਜੀ, ਬਹੁਤ ਸਮਾਨ ਹੈ, 2 ਕਮਰੇ ਉੱਪਰੇ ਪਈਆਂ ਤੁਹਾਡੇ ਸਾਹਮਣੇ। ਹੁਣ ਤੁਸੀਂ ਉਹ ਜਿਹੜੀ ਚੀਜ਼ਾਂ ਤੁਹਾਡੇ ਕੋਲ, ਰੇਡੀਓ ਮਸ਼ੀਨਾਂ, ਡੈਕਾਂ, ਟੈਲੀਵਿਜ਼ਨ ਪੁਰਾਣੇ ਸਟਾਈਲ ਦੇ ਪਏ ਆ, ਉਹ ਦਿਖਾਓਗੇ ਤੁਸੀਂ ਹੁਣ ਸਾਨੂੰ? ਹਾਂ ਜੀ ਹਾਂ, ਦੇਖੋ ਦੇਖੋ ਦਿਖਾ ਦਿੰਦੇ ਹਾਂ ਜੀ। ਚਲੋ, ਪਹਿਲਾਂ ਤੁਹਾਨੂੰ ਰਿਕਾਰਡ ਪਲੇਅਰ ਬਿਜਲੀ ਵਾਲੀ ਚਲਾ ਕੇ ਦਿਖਾ ਦਿੰਦੇ ਹਾਂ। ਠੀਕ ਹੈ ਜੀ। ਇਹ ਇਹਨਾਂ ਕੋਲ ਪੁਰਾਣੇ ਸਟਾਈਲ ਦਾ ਤਵਾ ਜਿਵੇਂ ਚੱਲਦਾ ਸੀ, ਉਹ ਮਸ਼ੀਨ ਹੈ ਜੀ। ਅੱਜ ਇਹਦੇ ਵਿੱਚ ਗਾਣਾ ਸੁਣੋ ਤੁਸੀਂ। ਆਹ ਦੇਖੋ, ਸੂਈ ਘੁੰਮ, ਤਵਾ ਘੁੰਮ ਰਿਹਾ, ਉੱਤੇ ਸੂਈ ਲੱਗੀ ਹੋਈ ਹੈ। ਹੋਰ
ਅਲੱਗ ਟਾਈਪ ਦੀ ਮਸ਼ੀਨ ਹੈ ਜੀ ਇਹਨਾਂ ਕੋਲ। ਜਸਪਾਲ ਸਿੰਘ ਜੀ ਇੱਧਰ ਦੇਖੋ। ਹਾਂਜੀ ਹਾਂਜੀ। ਜਿਹੜੀ ਤੁਸੀਂ ਸਾਨੂੰ ਇਹ ਹੁਣ ਤੀਜੀ ਮਸ਼ੀਨ ਦਿਖਾਉਣੇ ਜਾ ਰਹੇ ਹੋ, ਇਹ ਕਿਹੜੀ ਮਸ਼ੀਨ ਹੈ? ਇਹ ਵੀਡੀਓ ਕੌਣ ਹੈ ਜੀ? 3-in-1 ਰੇਡੀਓ ਵੀ ਚੱਲਦਾ, ਕੈਸਟ ਵੀ ਚੱਲਦੀ ਹੈ, ਰਿਕਾਰਡ ਪਲੇਅਰ ਵੀ ਚੱਲਦੀ ਹੈ ਇਹਦੇ ਵਿੱਚ। ਹਾਂਜੀ ਹਾਂ। ਅੱਛਾ, 3-in-1 ਹੈ, ਇਹ ਵੀ ਬਾਹਰ ਦੀ ਬਣੀ ਹੋਈ ਹੈ। ਵੀਡੀਓ ਕੌਣ? ਜਰਾ ਚਲਾ ਕੇ ਦਿਖਾਓ ਜੀ। ਲਿਓ ਜੀ। ਬਾਹਰ ਕਿੱਥੇ ਦੀ ਬਣੀ ਹੋਈ ਹੈ? ਇਹ ਵੀ ਅਲੱਗ ਟਾਈਪ ਦੀ ਮਸ਼ੀਨ ਇਹਨਾਂ ਨੇ ਰੱਖੀ ਹੋਈ ਹੈ ਸਾਂਭ ਕੇ, ਜੋ ਕਿ 3-in-1 ਹੈ, ਤਵਾ ਵੀ ਚੱਲਦਾ। ਜਿਹੜੀ ਦਿਖਾ ਰਹੇ ਤੁਹਾਨੂੰ ਹਾਂਜੀ, ਜਿਹੜੀ ਇਹ ਮਸ਼ੀਨ ਦਿਖਾ ਰਹੇ ਤੁਸੀਂ ਜਸਪਾਲ ਸਿੰਘ ਜੀ, ਹਾਂਜੀ, ਇਹ ਕਿਹੜੀ ਮਸ਼ੀਨ ਹੈ? ਫਿਲਿਪਸ AF734 ਹੈ ਜੀ। ਅੱਛਾ, ਇਹ ਵੀ ਚੱਲਦੀਆਂ? ਹਾਂ, ਇਹ ਚੱਲਦੀ ਹੈ ਜੀ, ਇਹ ਬਿਨਾਂ ਐਮਪਰੀਫਾਇਲ ਤੋਂ ਹੈ। ਇਹ ਮਤਲਬ 932 ਹੈ ਜੀ, ਇਹ ਵੀ ਫਿਲਿਪਸ ਹੈ ਜੀ, ਇਹਦੇ 'ਚ ਐਮਪਰੀਫਾਇਲ ਨਾਲ ਹੈ ਜੀ। ਅੱਛਾ, ਇਹ HMB ਹੈ ਜੀ। ਇਹ HMB ਹੈ? ਹਾਂ ਜੀ, ਇਹ ਮੈਰਕੋਨੀ ਹੈ ਜੀ। ਅੱਛਾ, HMB ਮੈਰਕੋਨੀ ਦੀ ਹੈ, ਇਹ ਵੀ ਮਤਲਬ ਐਮਪਰੀਫਾਇਲ ਲੱਗੇਗਾ ਇਹਨੂੰ, ਇਹ ਵੀ ਚੱਲਦੀ ਹੈ ਜੀ। ਠੀਕ ਠੀਕ। ਹਾਂ ਜੀ, ਆਪ ਪਈਏ, ਇਹ ਵੀ ਪੋਪ ਸਟਾਰ ਹੈ HMB ਦੀ, ਇਹ ਵੀ ਚੱਲਦੀ ਹੈ ਬਿਨਾਂ ਐਮਪਰੀਫਾਇਲ। ਠੀਕ ਹੈ। ਔਰ ਹੁਣ ਇਹ ਟੈਲੀਵਿਜ਼ਨ ਹੈ ਤੁਹਾਡੇ, ਜਿਹੜੇ ਪੁਰਾਣੇ ਸਟਾਈਲ ਦੇ ਹੈ? ਹਾਂਜੀ ਹਾਂਜੀ, ਇਹ ਜਲੰਧਰ ਦੂਰਦਰਸ਼ਨ ਔਰ ਦਿੱਲੀ 'ਚ ਚੱਲਦਾ ਸੀ ਇਹਨਾਂ ਦੇ। ਅੱਛਾ। ਹਾਂਜੀ ਹਾਂ, ਇਹ ਬਲੈਕ ਐਂਡ ਵਾਈਟ ਕਹਿੰਦੇ ਜੀ? ਹਾਂ, ਬਲੈਕ ਐਂਡ ਵਾਈਟ ਜੀ। ਇਹ ਵੀ ਬਲੈਕ ਐਂਡ ਵਾਈਟ ਹੈ, ਇਹ ਵੀ ਬਲੈਕ ਐਂਡ ਵਾਈਟ ਹੈ, ਇਹ ਕਲਰਡ ਹੈ ਜੀ। ਠੀਕ ਹੈ। ਇਹ ਵੀ ਬਲੈਕ ਐਂਡ ਵਾਈਟ ਹੈ। ਠੀਕ ਹੈ। ਆਹ ਪੁਰਾਣੇ ਰੇਡੀਓ ਨੇ ਜੀ ਸਾਰੇ, ਆਹ ਦੇਖੋ ਇਹਨਾਂ ਨੇ ਚਲਾਇਆ ਰੇਡੀਓ, ਇਹ ਟੀਪ ਵਾਲੇ ਰੇਡੀਓ ਜੀ, ਪੁਰਾਣੇ ਸਟਾਈਲ ਦੇ। ਇਹ ਬਹੁਤ ਪੁਰਾਣਾ ਮਾਡਲ ਦੀ ਮਸ਼ੀਨ ਹੈ ਜਿਹਨੂੰ ਚਾਬੀ ਨਾਲ ਚਾਰਜ ਕਰਿਆ ਜਾਂਦਾ, ਚਾਬੀ ਨਾਲ ਫਿਰ ਚਾਬੀ ਦਿੰਦੇ ਫਿਰ ਘੁੰਮਦੀ ਹੈ। ਇਹ ਕਿਹੜੀ ਮਸ਼ੀਨ ਹੈ ਜੀ? 102 ਮਾਡਲ ਹੈ ਜੀ। ਅੱਛਾ, ਇਹ ਵੀ ਇੰਗਲੈਂਡ ਦੀ ਬਣੀ ਹੋਈ ਹੈ। ਅੱਛਾ, ਇੰਗਲੈਂਡ ਦੀ ਦੱਸ ਰਿਹਾ ਜੀ ਬਣੀ ਹੋਈ। ਕਮਾਲ ਕਰਦੀ ਤੁਸੀਂ, ਦਮਕਾ ਮਾਰਦਾ ਜੂ ਜਗੇ ਮਤਾਬੀ ਸੁਰਾਹੀ। ਇਹ ਇਹਨਾਂ ਨੇ ਘਰ ਦੇ ਵਿੱਚ ਦੇਖੋ ਜੀ ਇੰਨਾ ਆਪਣਾ ਪੁਰਾਣੇ ਸਟਾਈਲ ਦਾ ਸਮਾਨ ਰੱਖਿਆ ਹੋਇਆ, ਇਲੈਕਟ੍ਰੋਨਿਕ ਰੇਡੀਓ ਟੈਲੀਵਿਜ਼ਨ ਮਸ਼ੀਨਾਂ ਕੈਸਟਾਂ
ਟੇਪ ਰਿਕਾਰਡ ਬਹੁਤ ਕਿਸਮ ਦੇ ਹੈ। ਇਹ ਇਹ ਜਿਹੜੇ ਤੁਹਾਡੇ ਸਰਟੀਫਿਕੇਟ ਹੈ ਕਿਆ ਚੀਜ਼ ਪਏ ਜੀ? ਮਾਨ ਸਨਮਾਨ ਹੈ ਜੀ, ਇਹਨਾਂ ਦੇ ਸਨਮਾਨ ਚਿੰਨ ਪਏ ਇਹਨਾਂ ਨੂੰ। ਮੇਲਾ ਬਸੰਤ ਪੰਚਮੀ ਦਾ ਇਹ ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਪੰਜਾਬ, ਇਹ ਸਾਰੇ ਇਹਨਾਂ ਨੂੰ ਸਨਮਾਨ ਮਿਲੇ ਹੋਏ ਆ। ਕਿੱਥੋਂ ਮਿਲੇ ਸੀ ਸਨਮਾਨ ਚਿੰਨ ਤੁਹਾਨੂੰ? ਸ਼ੀਤਲ ਸਿੰਘ, ਸ਼ੀਤਲ ਸਿੰਘ ਜੀ 2016 ਦੇ ਵਿੱਚ ਬਰਸੀ ਸੀ, ਬੁਲਾਇਆ ਸੀ ਮੈਨੂੰ ਸਪੈਸ਼ਲ। ਅੱਛਾ ਠੀਕ ਹੈ। ਕੁਛ ਹੋਰ ਵੀ ਤੁਸੀਂ ਕਹਿਣਾ ਚਾਹੋਗੇ? ਬਸ ਕਹਿਣਾ। ਅੱਛਾ ਇਹ ਦੱਸੋ ਵੀ ਤੁਹਾਡੇ ਕੋਲ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਟੇਪ ਰਿਕਾਰਡ ਦੀਆਂ ਕਿੰਨੀਆਂ? 5 ਮਸ਼ੀਨਾਂ ਜੀ ਮੇਰੇ ਕੋਲ, ਚਾਬੀ ਵਾਲੀ। ਚਾਬੀ ਵਾਲੀਆਂ? ਹਾਂਜੀ। ਚਾਬੀ ਦੇ ਕੇ ਚੱਲਦੀਆਂ? ਹਾਂ, ਚਾਬੀ ਦੇ ਕੇ। ਔਰ ਦੂਜੀਆਂ ਕਿੰਨੀਆਂ? ਦੂਜੀਆਂ ਮੇਰੇ ਕੋਲ 10 ਇਲੈਕਟ੍ਰੋਨਿਕ ਮਸ਼ੀਨਾਂ ਪਈਆਂ ਜੀ ਮੇਰੇ ਕੋਲ, ਚੱਲਦੀਆਂ ਬਿਲਕੁਲ। ਓਕੇ। ਇੱਕ